ਕਿ ਵਿਦਿਆ ਇੱਕ ਉਹ ਪਾਰਸ ਆ, ਜਿਹਨੂੰ ਵੀ ਛੂ ਜਾਵੇ ਨਾ ਕਹਿੰਦੇ ਉਹਦੀ ਇਨਸਾਨ ਦੀ ਕੀਮਤ ਹੀ ਹੀਰਿਆਂ ਮੋਤੀਆਂ ਨਾਲੋਂ ਵੀ ਕਹਿੰਦੇ ਵੱਧ ਜਾਂਦੀ ਆ। ਅਸੀਂ ਪੈਦਾ ਹੋਏ ਫਿਰ ਪਾਪਾ ਉਹਨਾਂ ਨੇ ਇਹੀ ਟਾਰਗੇਟ ਬਣਾ ਲਿਆ ਕਿ ਆਪਣੇ ਬੱਚਿਆਂ ਨੂੰ ਜਿਹੜਾ ਵੱਧ ਤੋਂ ਵੱਧ ਪੜ੍ਹਾਉਣਾ ਆ। ਜਦੋਂ ਦਾਦਾ ਜੀ ਦਾਦੀ ਜੀ ਦੇ ਸੁਪਨੇ ਦਾ ਪਤਾ ਲੱਗਾ ਫਿਰ ਆਪਾਂ ਵੀ ਉਹਨੂੰ ਹੀ ਪਰਸੂ ਜਿਹੜਾ ਆ। ਇੰਗਲਿਸ਼ ਅੱਛੀ ਹੈ, ਆਇਲਸ ਹੋ ਜਾਣੀ ਹੈ, ਅੱਛੇ ਬੈਂਡ ਆ ਜਾਣੇ ਆ, ਤੂੰ ਬਾਹਰ ਚੱਲ। ਮੈਂ ਕਿਹਾ ਨਹੀਂ, ਮਗਰ ਮੈਨੂੰ ਪੈਸੇ ਦੀ ਦੌੜ ਜਿਹੜੀ ਸੀ ਉਹ ਸ਼ੁਰੂ ਤੋਂ ਹੀ ਨਹੀਂ ਸੀਗੀ ਕਿ ਮੈਂ ਤੋਂ ਵੱਧ ਤੋਂ ਵੱਧ ਪੈਸਾ ਹੋਵੇ। ਮੈਨੂੰ ਇੱਕ ਇੱਜ਼ਤ ਮਾਣ ਵਾਲਾ ਜਿਹੜਾ ਸੀਗਾ ਉਹ ਸਟੇਟਸ ਚਾਹੀਦਾ ਸੀਗਾ, ਤੇ ਇਸ ਲਈ ਮੈਂ ਜੁਡੀਸ਼ਰੀ ਨੂੰ ਚੁਣਿਆ। ਤੇ ਅੱਜ ਉਹ ਪਰਮਾਤਮਾ ਦੀ ਕਿਰਪਾ ਆ, ਬਲੈਸਿੰਗਸ ਹੈ ਕਿ ਉਹਨਾਂ ਦੀਆਂ ਬਲੈਸਿੰਗਸ ਨਾਲ ਇਹ ਜਿਹੜਾ ਆ ਸਿਰੇ ਚੜਿਆ। ਜਿਹਨੂੰ ਵੀ ਛੂ ਜਾਵੇ ਨਾ ਕਹਿੰਦੇ ਉਹਦੀ ਇਨਸਾਨ ਦੀ ਕੀਮਤ ਹੀ ਹੀਰਿਆਂ ਮੋਤੀਆਂ ਨਾਲੋਂ ਵੀ ਕਹਿੰਦੇ ਵੱਧ ਜਾਂਦੀ। ਰਾਤ ਕੱਟਦੇ ਸੀਗੇ ਜਦੋਂ ਅਸੀਂ ਕਿਹਾ ਵੀ ਇਕੱਲੀ ਬੈਠੀ, ਅਸੀਂ ਇਹਦੇ ਨਾਲ ਜਾਗਦੇ ਹੁੰਦੇ ਸੀ ਦੋਨੇ ਜਾਣੇ। ਮੈਂ ਇੱਕ ਆਪਣਾ ਲੈ ਕੇ ਜਾਣਾ ਤੇ ਇਸ ਚੀਜ਼ ਨੂੰ ਫੋਕਸ 'ਚ ਰੱਖ ਕੇ ਇਨਸਾਫ ਕਰ। ਇੱਕ ਨਾ ਪ੍ਰਣ ਜਿਹੜੇ ਸੀਗੇ ਸੋਹ ਚੁਕਾਉਂਦੇ ਹੁੰਦੇ ਸੀਗੇ ਜਦੋਂ ਕਲਾਸ ਸਟਾਰਟ ਕਰਨੀ, ਕਿ ਤੁਸੀਂ ਜਿਹੜੇ ਵੀ ਗੁਰੂ ਨੂੰ ਮੰਨਦੇ ਹੋ ਨਾ ਉਹਨਾਂ ਦੀ ਸੋਹ ਚੱਕੋ ਕਿ ਅਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਆ ਕੇ ਪੂਰੀ ਇਮਾਨਦਾਰੀ ਨਾਲ ਜਿਹੜੀ ਆ ਉਹ ਸੇਵਾ ਨਿਭਾਉਣੀ ਆ। ਤੇ ਬਸ ਉਹੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਰਹੇਗੀ ਕਿ ਪੂਰੀ ਇਮਾਨਦਾਰੀ ਨਾਲ ਉਸ ਜਿਹੜੀ ਕੁਰਸੀ ਦਾ ਜਿਹੜਾ ਇਸਤੇਮਾਲ ਕੀਤਾ ਜਾਏ। ਮਾਂ ਪਿਓ ਵਾਸਤੇ ਸਭ ਤੋਂ ਖੁਸ਼ੀ ਦਾ ਪਲ ਉਹ ਹੁੰਦਾ ਜਦੋਂ ਬੱਚੇ ਸਮਾਜ ਦੇ ਵਿੱਚ ਉਹਨਾਂ ਦਾ ਨਾਂ ਰੋਸ਼ਨ ਕਰਦੇ ਨੇ। ਇਹ ਜਿਹੜੇ ਬੱਚੇ ਮੇਰੇ ਮਗਰ ਤੁਸੀਂ ਵੇਖ ਸਕਦੇ ਹੋ ਨਾਲ ਬੈਠੇ ਨੇ, ਇਹ ਕੌਲ ਪਰਿਵਾਰ ਦਾ ਉਹ ਇਹੋ ਜਿਹਾ ਗੁਲਦਸਤਾ ਹੈ ਜਿਹਨੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਨਾਂ ਰੋਸ਼ਨ ਕੀਤਾ ਹੈ। ਸਭ ਮੇਰੇ ਨਾਲ ਜਿਹੜੇ ਵੀ ਬੈਠੇ ਨੇ ਵਕੀਲ ਨੇ, ਤੇ ਇਹ ਜਿਹੜੇ ਨਾਲ ਸੋਨਾਲੀ ਮੇਰੇ ਨਾਲ ਨੇ, ਇਹ ਹੁਣ ਜੱਜ ਬਣ ਗਏ ਨੇ। ਕਹਾਣੀ ਜੰਡੂ ਸਿੰਘ ਦੀ ਉਸ ਕੌਲ ਪਰਿਵਾਰ ਦੀ ਹੈ ਜੋ ਬਿਲਕੁਲ ਮੈਂ ਇਹ ਕਹਾਂਗਾ ਕਿ ਗਰਾਊਂਡ ਤੋਂ ਉੱਠ ਕੇ, ਜ਼ਮੀਨੀ ਪੱਧਰ ਤੋਂ ਉੱਠ ਕੇ ਅੱਜ ਉਸ ਮੁਕਾਮ ਤੇ ਉਸ ਉਚਾਈਆਂ ਤੇ ਪਹੁੰਚੇ ਨੀਆਂ ਇਹ ਧੀਆਂ ਪਹੁੰਚੀਆਂ ਨੇ। ਖਾਸ ਕਰਕੇ ਸੋਨਾਲੀ ਦੀ ਗੱਲ ਕਰਾਂਗੇ ਜਿਹਨੇ ਅੱਜ ਪਰਿਵਾਰ ਦਾ ਨਾਂ ਇਸ ਕਦਰ ਰੋਸ਼ਨ ਕੀਤਾ ਹੈ ਕਿ ਮਾਂ ਪਿਓ ਖੁਸ਼ੀਆਂ ਮਨਾਉਂਦੇ ਤੇ ਸਿਫਤਾਂ ਕਰਦੇ ਆਪਣੇ ਨਿਆਣਿਆਂ ਦੀ ਥੱਕ ਨਹੀਂ ਰਹੇ। ਇਹ ਗੱਲ ਤਾਂ ਆਖ ਰਿਹਾ, ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ, ਵਕੀਲ ਨੇ ਸਾਰੇ ਦੇ ਸਾਰੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਇੰਸਪੀਰੇਸ਼ਨਾਂ ਬਣਨ ਵਾਲੇ ਨੇ ਕਿ ਜੋ ਲੋਕ ਬਹੁਤ ਸਾਰੀਆਂ ਗੱਲਾਂ ਆਖਦੇ ਨੇ ਕਿ ਮਿਹਨਤ ਕਰਨੀ ਹੈ, ਸਾਨੂੰ ਇਹ ਗੈਜ਼ਟ ਚਾਹੀਦੇ ਨੇ, ਸਾਨੂੰ ਇਹ ਸਹੂਲਤਾਂ ਚਾਹੀਦੀਆਂ ਨੇ, ਪਰ ਜੇਕਰ ਕਿਸੇ ਨੇ ਸਫਲਤਾ ਪਾਣੀ ਹੈ ਤੇ ਇੱਕ ਵਾਰੀ ਆ ਕੇ ਕੌਲ ਪਰਿਵਾਰ ਨੂੰ ਜ਼ਰੂਰ ਮਿਲੇ। ਉਹ ਤੁਹਾਨੂੰ ਦੱਸਣਗੇ ਕਿ ਕਿਹੋ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਕਿੱਦਾਂ ਮਿਹਨਤ ਵੱਲ ਜਿਹੜਾ ਕਿ ਅੱਗੇ ਵਧਿਆ ਜਾ ਸਕਦਾ ਹੈ। ਸੋਨਾਲੀ ਕੰਗ੍ਰੈਚੁਲੇਸ਼ਨਸ। ਥੈਂਕ ਯੂ ਸਰ ਜੀ, ਬਹੁਤ ਬਹੁਤ। ਸਭ ਤੋਂ ਪਹਿਲਾਂ ਤਾਂ ਜਰਨੀ ਦੀ ਮੈਂ ਗੱਲ ਕਰਾਂਗਾ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿ ਜੱਜ ਹੀ ਬਣਨਾ ਹੈ। ਸਰ ਇਹ ਪੜ੍ਹਾਈ ਦਾ ਤਾਂ ਸ਼ੁਰੂ ਤੋਂ ਹੀ ਫੈਮਿਲੀ ਦੇ ਵਿੱਚ ਬੜਾ ਰਿਹਾ ਆ ਕਿ ਪੜ੍ਹਾਈ ਨੂੰ ਅਹਿਮੀਅਤ ਜਿਹੜੀ ਆ ਸਾਰੇ ਫੈਮਿਲੀ ਦੇ ਮੈਂਬਰਸ ਨੇ ਦਿੱਤੀ ਆ। ਸਾਡੇ ਬਜ਼ੁਰਗਾਂ ਤੋਂ ਹੀ ਸਟਾਰਟ ਜਿਹੜੀ ਸੀਗੀ ਹੋਈ ਸੀਗੀ ਇਹ ਗੱਲ, ਤੇ ਬਸ ਉਹਨੂੰ ਫੋਲੋ ਕਰਦਿਆਂ ਕਰਦਿਆਂ ਕਦੋਂ ਲਾਅ ਦੀ ਪੜ੍ਹਾਈ ਕਰ ਗਏ ਪਤਾ ਹੀ ਨਹੀਂ ਲੱਗਾ, ਏਦਾਂ ਨਹੀਂ ਪਤਾ ਲੱਗਾ, ਪਰ ਜਦੋਂ ਔਂਕੜਾ ਯਾਦ ਕਰਦੇ ਆ ਫੇਰ ਲੱਗਦਾ ਕਿ ਹਾਂ ਬੜੀ ਵੱਡਾ ਜਿਹੜਾ ਲੰਮਾ ਸਫ਼ਰ ਆ ਉਹ ਤੈਅ ਕੀਤਾ ਸਾਡੀ ਫੈਮਿਲੀ ਨੇ। ਦਾਦਾ ਜੀ ਦਾ ਸੁਪਨਾ ਸੀ ਪਿਤਾ ਜੀ ਨੂੰ ਵਕੀਲ ਬਣਾਉਣਾ, ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਇਸ ਸੁਪਨੇ ਨੂੰ ਚੰਗੀ ਤਰ੍ਹਾਂ ਸਾਕਾਰ ਕੀਤਾ ਵਾ ਕਿ ਜਿਹੜੇ ਅੱਜ ਇਸ ਮੁਕਾਮ ਤੇ ਪਹੁੰਚੇ ਹੋ। ਹਾਂਜੀ ਸਰ, ਦਾਦਾ ਜੀ ਦਾਦੀ ਜੀ ਚਾਹੁੰਦੇ ਹੁੰਦੇ ਸੀਗੇ ਕਿ ਪਾਪਾ ਜਿਹੜੇ ਆ ਉਹ ਲਾਅ ਦੀ ਪੜ੍ਹਾਈ ਕਰਨ, ਬਟ ਅਨਫੋਰਚੂਨੇਟਲੀ ਦਾਦੀ ਜੀ ਦੀ ਡੈਥ ਜਿਹੜੀ ਸੀਗੀ ਉਹ ਬਹੁਤ ਛੇਤੀ ਹੋ ਗਈ ਸੀਗੀ, ਤੇ ਪਾਪਾ ਹੁਣੀ ਜਿਹੜੇ ਸੀ ਬਹੁਤ ਛੋਟੇ ਸੀਗੇ,
ਤੇ ਫਿਰ ਤਾਂ ਇੰਨਾ ਹੀ ਹੋ ਗਿਆ ਕਿ ਬਿਨਾਂ ਮਾਂ ਦੇ ਬੱਚੇ ਜਿਹੜੇ ਆ ਕਿਤੇ ਰੋਲੇ ਨਾ ਜਾਣ ਤੇ ਪਾਪਾ ਜੀ ਨੂੰ ਸੀਗਾ ਕਿ ਪਰਵਰਿਸ਼ ਇਹਨਾਂ ਦੀ ਹੋ ਜਾਵੇ ਵਧੀਆ ਕਿਤੇ ਮਾੜੀ ਸੰਗਤ ਚ ਨਾ ਪੈ ਜਾਣ ਬਸ ਉਹ ਚੀਜ਼ ਪਿੱਛੇ ਲੱਗੇ ਰਹੇ ਪੜ੍ਹਾਈ ਵਾਲਾ ਜਿਹੜਾ ਆ ਉਹ ਧਿਆਨ ਜਿਹੜਾ ਕਾਫੀ ਹਟ ਗਿਆ ਫਿਰ ਜਦੋਂ ਅਸੀਂ ਪੈਦਾ ਹੋਏ ਫਿਰ ਪਾਪਾ ਉਹਨਾਂ ਨੇ ਇਹੀ ਟਾਰਗੇਟ ਬਣਾ ਲਿਆ ਕਿ ਆਪਣੇ ਬੱਚਿਆਂ ਨੂੰ ਜਿਹੜਾ ਵੱਧ ਤੋਂ ਵੱਧ ਪੜ੍ਹਾਉਣਾ ਆ ਜਦੋਂ ਦਾਦਾ ਜੀ ਦਾਦੀ ਜੀ ਦੇ ਸੁਪਨੇ ਦਾ ਪਤਾ ਲੱਗਾ ਫਿਰ ਆਪਾਂ ਵੀ ਉਹਨੂੰ ਹੀ ਪਰਸਿਊ ਜਿਹੜਾ ਆ ਇਹ ਸੁਪਨੇ ਦਾ ਕਦੋਂ ਪਤਾ ਲੱਗਦਾ ਹੈ ਮੈਂ ਪਤਾ ਲੱਗਿਆ ਸੀ ਹੁਣੇ ਗੱਲਬਾਤ ਕਰਦਾ ਸੀ ਪਿਤਾ ਜੀ ਨਾਲ ਤੇ ਉਹ ਦੱਸਦੇ ਸੀ ਕਹਿੰਦੇ ਸੀ ਸਕੂਲ ਵੀ ਚਲਾਉਂਦੇ ਸੀ ਐਜ਼ ਏ ਮੈਨੇਜਮੈਂਟ ਦੇ ਵਿੱਚ ਅੱਗੇ ਅਸੀਂ ਸੀਗੇ ਤੇ ਉਹਨਾਂ ਕੋਲ ਹੀ ਪੜ੍ਹੇ ਹੋ ਹਾਂਜੀ ਸਰ ਸਾਡਾ ਸਕੂਲ ਸੀਗਾ ਸ਼੍ਰੀ ਗੁਰੂ ਰਵਿਦਾਸ ਵਿਦਿਆ ਮੰਦਿਰ ਓਕੇ ਇਹ ਪੜਦਾਦਾ ਜੀ ਨੇ ਕਿਹਾ ਸੀਗਾ ਉਹ ਪੜਦਾਦਾ ਜੀ ਨੇ ਤਾਂ ਆਪਣੇ 8 ਜਿਹੜੇ ਮੁੰਡੇ ਸੀਗੇ ਉਹ ਘਾਹ ਖੋਦ ਖੋਦ ਕੇ ਪੜ੍ਹਾ ਲਏ ਤੇ ਪੜਦਾਦਾ ਜੀ ਦੇ ਮਨ 'ਚ ਸੀਗਾ ਕਿ ਮੈਂ ਤਾਂ ਪੜ੍ਹਾ ਲਏ ਪਰ ਸਾਰੇ ਨਹੀਂ ਨਾ ਪੜ੍ਹਾ ਸਕਦੇ ਹੈਗੇ ਤੇ ਇਹ ਜਿਹੜੀ ਆ ਮਿਹਨਤ ਆ ਉਹ ਕਹਿੰਦੇ ਸਾਰਿਆਂ ਦੇ ਬਸ ਦੀ ਗੱਲ ਨਹੀਂ ਹੁੰਦੀ ਹੈਗੀ ਤੇ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਆ ਤੇ ਪਾਪਾ ਦੇ ਮਨ 'ਚ ਆ ਗਏ ਕਿ ਚਲੋ ਆਪਾਂ ਸਕੂਲ ਖੋਲਦੇ ਆ ਜਿੰਨਾ ਵੀ ਫਾਈਨੈਂਸ਼ੀਅਲੀ ਨਹੀਂ ਸੀਗੀ ਸਟਰੋਂਗ ਬਟ ਦਾਦਾ ਜੀ ਦੀ ਜਿੰਨੀ ਸੈਲਰੀ ਹੁੰਦੀ ਸੀਗੀ ਉਹ ਸਾਰੀ ਸਕੂਲ ਦੇ ਵਿੱਚ ਇਨਵੈਸਟ ਹੁੰਦੀ ਸੀਗੀ ਮਤਲਬ ਟੀਚਰਸ ਦੀਆਂ ਸੈਲਰੀਜ਼ ਹੀ ਪੂਰੀਆਂ ਹੁੰਦੀਆਂ ਸੀ ਕੋਈ ਮੋਨੇਟਰੀ ਬੈਨੀਫਿਟ ਸਾਨੂੰ ਪਰਸਨਲੀ ਨਹੀਂ ਹੁੰਦਾ ਸੀ ਬਿਲਕੁਲ ਠੀਕ ਹੈ ਕਿ ਯਾਨੀ ਕਿ ਆਪਣਾ ਕੋਈ ਐਸੈਟਸ ਹੋਣ ਜਾਂ ਦੂਸਰਾ ਕਿ ਬਾਲ ਵੈਲ ਨੋਨ ਹੋਣ ਪੜ੍ਹਾਈ ਦੀ ਇੱਕ ਅਹਿਮੀਅਤ ਅੱਜ ਪਤਾ ਲੱਗਦੀ ਪਈ ਹੈ ਕਿ ਹੋਰ ਤੁਹਾਡੇ ਕੋਲ ਕੋਈ ਸਾਜੋ ਸਮਾਨ ਹੋਵੇ ਪੜ੍ਹਾਈ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਹਮੇਸ਼ਾ ਸਾਥ ਦਿੰਦੀ ਹੈ ਤੇ ਹਰ ਸਫਲਤਾ ਵੀ ਦਿੰਦੀ ਹੈ ਇਸ ਚੀਜ਼ ਨੂੰ ਅੱਜ ਦੇ ਯੂਥ ਨਾਲ ਜੇ ਸੁਨੇਹਾ ਦੇਣਾ ਹੋਵੇ ਤੁਹਾਡੇ ਤੋਂ ਵੱਧ ਮੈਨੂੰ ਲੱਗਦਾ ਨਹੀਂ ਕੋਈ ਹੋਰ ਚੰਗੀ ਤਰ੍ਹਾਂ ਇਸ ਚੀਜ਼ ਨੂੰ ਸਮਝ ਪਾਉਂਦਾ ਹੋਏਗਾ ਜਿਸ ਤਰੀਕੇ ਦੇ ਨਾਲ ਜੋ ਛੋਕੜ ਵੀ ਰਿਹਾ ਵਾ ਜੋ ਮੌਜੂਦਾ ਸਮੇਂ 'ਚ ਵੀ ਨੇ ਇਹਨੂੰ ਕਿਵੇਂ ਤੁਸੀਂ ਡਿਫਾਈਨ ਕਰਦੇ ਹੋ ਸਰ ਓਬਵੀਅਸਲੀ ਪੜ੍ਹਾਈ ਜਿਹੜੀ ਆ ਉਹ ਬਹੁਤ ਜ਼ਰੂਰੀ ਹੋ ਗਈ ਆ ਕਿਉਂਕਿ ਪੜ੍ਹਾਈ ਤੋਂ ਬਿਨਾਂ ਇੱਕ ਬੰਦਾ ਅਨਪੜ੍ਹ ਜਾਂ ਗਵਾਰ ਜਾਂ ਕੋਈ ਵੈਲਿਊ ਹੀ ਨਹੀਂ ਹੁੰਦੀ ਹੈਗੀ ਮੈਂ ਇੱਕ ਲਾਈਨ ਅਕਸਰ ਬੋਲਦੀ ਹੁੰਦੀ ਆ ਜਿਹੜੇ ਸਾਡੇ ਪੜਦਾਦਾ ਜੀ ਕਹਿੰਦੇ ਹੁੰਦੇ ਸੀਗੇ ਕਿ ਵਿੱਦਿਆ ਇੱਕ ਉਹ ਪਾਰਸ ਆ ਜਿਹਨੂੰ ਵੀ ਛੂ ਜਾਵੇ ਨਾ ਕਹਿੰਦੇ ਉਹਦੀ ਇਨਸਾਨ ਦੀ ਕੀਮਤ ਹੀ ਹੀਰਿਆਂ ਮੋਤੀਆਂ ਨਾਲੋਂ ਵੀ ਕਹਿੰਦੇ ਵੱਧ ਜਾਂਦੀ ਆ ਤੇ ਉਦੋਂ ਲਾਈਨਾਂ ਦਾ ਮਤਲਬ ਵੀ ਨਹੀਂ ਸਮਝ ਹੁੰਦੀ ਸੀਗੀ ਕਿ ਕੀ ਮਤਲਬ ਆ ਏਦਾਂ ਹੀ ਰੱਟੀਆਂ ਸੀਗੀਆਂ ਸੁਣੀਆਂ ਸੀਗੀਆਂ ਗੱਲਾਂ ਉਹਨਾਂ ਦੀਆਂ ਤੇ ਹੌਲੀ ਹੌਲੀ ਇਹਨਾਂ ਲਾਈਨਾਂ ਦੀ ਜਿਹੜੀ ਆ ਇੰਪੋਰਟੈਂਸ ਹੈ ਉਹ ਸਮਝ ਆਈ ਤੇ ਆਪਾਂ ਫਿਰ ਪੜ੍ਹਾਈ ਨੂੰ ਹੀ ਬਸ ਚਿੰਬੜ ਗਏ ਕਿ ਹਾਂ ਨਹੀਂ ਪੜ੍ਹਾਈ ਕਰਨੀ ਹੈ ਮਤਲਬ ਇਹ ਸਫ਼ਰ ਜਿਹੜਾ ਪੜ੍ਹਾਈ ਦਾ ਸਭ ਤੋਂ ਛੋਟੇ ਹੋ ਤੁਸੀਂ ਕਿਸ ਤਰੀਕੇ ਦਾ ਮਾਹੌਲ ਹੁੰਦਾ ਸੀਗਾ ਕਿਉਂਕਿ ਭੈਣ ਭਰਾ ਵੀ ਸਾਰੇ ਵਕੀਲ ਹੀ ਨੇ ਤੇ ਇੱਕ ਸੀਗਾ ਕਿ ਸ਼ੁਰੂ ਤੋਂ ਕਿ ਤੁਸੀਂ ਵੀ ਵਕੀਲ ਬਣ ਹੀ ਸਕਦੇ ਸੀਗੇ ਕਿ ਜੱਜ ਵਾਲੇ ਜਿਹੜੇ ਪਾਸੇ ਵੱਲ ਜਾਣਾ ਹਾਲਾਂਕਿ ਥਰਡ ਅਟੈਂਪਟ ਸੀਗਾ ਕੋਸ਼ਿਸ਼ਾਂ ਬਹੁਤ ਹੋਈਆਂ ਨੇ ਜੱਜ ਦੀ ਜੁਡੀਸ਼ਰੀ ਨੂੰ ਹੀ ਕਿਉਂ ਚੁਣਿਆ ਸਰ ਲਾਅ ਤਾਂ ਚਲੋ ਪਾਪਾ ਉਹਨਾਂ ਦਾ ਸੁਪਨਾ ਸੀਗਾ ਉਹ ਆਪਾਂ ਪੂਰਾ ਕਰ ਦਿੱਤਾ ਬਟ ਜਦੋਂ ਆਪਾਂ ਇਸ ਫੀਲਡ ਦੇ ਵਿੱਚ ਐਂਟਰ ਹੁੰਦੇ ਆ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਪ੍ਰੋਫੈਸ਼ਨ ਦੇ ਟੌਪ ਤੇ ਜਾਣਾ ਆ ਤੇ ਜਦੋਂ ਟੌਪ ਦੀ ਗੱਲ ਆਉਂਦੀ ਆ ਫਿਰ ਜੁਡੀਸ਼ਰੀ ਹੀ ਦਿਮਾਗ 'ਚ ਆਉਂਦੀ ਆ ਪਹਿਲਾ ਥੋਟ ਮੈਨੂੰ ਸ਼ੁਰੂ ਤੋਂ ਹੀ ਪ੍ਰੈਕਟਿਸ ਵਾਲਾ ਜਿਹੜਾ ਸੀਗਾ ਉਹ ਜ਼ਿਆਦਾ ਧਿਆਨ ਨਹੀਂ ਸੀਗਾ ਤੇ ਮੈਨੂੰ ਚੈਂਬਰ ਦੇ ਵਿੱਚ ਬੈਠਣਾ ਨਹੀਂ ਪਸੰਦ ਸੀਗਾ ਐਕਚੁਅਲੀ ਤੇ ਮੈਂ ਇੱਕ ਦਿਨ ਗਈ ਹਾਂ ਮੈਨੂੰ ਨਹੀਂ ਸਹੀ ਲੱਗਾ ਕਿਉਂਕਿ ਮੇਰੀ ਨੇਚਰ ਥੋੜੀ ਅਲੱਗ ਹੈ ਤੇ ਮੈਂ ਕਿਹਾ ਨਹੀਂ ਮੈਂ ਜੁਡੀਸ਼ਰੀ ਵਾਲਾ ਹੀ ਜਾਣਾ ਆ ਤੇ ਉਦੋਂ ਦੇ ਹੀ ਆਪਾਂ ਇਸ ਜਿਹੜੇ ਸੁਪਨੇ ਨੂੰ ਫੋਲੋ ਕਰਦੇ ਆ ਰਹੇ ਅਕਸਰ ਭੈਣ ਭਰਾਵਾਂ ਨਾਲ ਗੱਲਾਂ ਵੀ ਹੁੰਦੀਆਂ ਹੋਣੀਆਂ ਕਿ ਵਕਾਲਤ ਇੱਕ ਇਹੋ ਜਿਹੀ ਚੀਜ਼ ਹੈ ਸਾਰਾ ਸਮਾਜ ਉੱਥੇ ਆਉਂਦਾ ਤਰ੍ਹਾਂ ਤਰ੍ਹਾਂ ਦੇ ਲੋਕ ਵੀ ਆਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਕੇਸਿਸ ਕਹਿ ਲਈਏ ਕਿਵੇਂ ਵੇਖਦੇ ਹੋ ਕਿ ਮੌਜੂਦਾ ਸਮੇਂ 'ਚ ਜੋ ਹਾਲਾਤ ਨੇ ਕੋਸ਼ਿਸ਼ ਕੀ ਰਹੇਗੀ ਜਦੋਂ ਹੁਣ ਜੌਬ 'ਚ ਤਾਂ ਆ ਗਏ ਹੋ ਕਿ ਕਿਹੜੀ ਚੀਜ਼ ਦੀ ਕਮੀ ਲੱਗਦੀ ਹੈ ਕਿ ਮੈਂ ਇੱਕ ਆਪ ਰਨ ਲੈ ਕੇ
ਜਾਣਾ ਤੇ ਇਸ ਚੀਜ਼ ਨੂੰ ਫੋਕਸ 'ਚ ਰੱਖ ਕੇ ਇਨਸਾਫ ਕਰਨਾ। ਸਰ ਇਹ ਤਾਂ ਆਪਾਂ ਦੇਖਦੇ ਹਾਂ ਕਿ ਕਚਹਿਰੀਆਂ 'ਚ ਹਰ ਤਰ੍ਹਾਂ ਦੇ ਵਰਗ ਦੇ ਜਿਹੜੇ ਆ ਉਹ ਬੰਦੇ ਆਉਂਦੇ ਆ ਤੇ ਉਹਨਾਂ ਦੇ ਮਨ 'ਚ ਇਹੀ ਹੁੰਦਾ ਆ ਕਿ ਇਨਸਾਫ ਲਈ ਆਉਂਦੇ ਆ ਸਾਰੇ, ਕਿਉਂਕਿ ਕੋਰਟ ਦੇ ਵਿੱਚ ਕੋਈ ਬੰਦਾ ਚਾਹ ਨੂੰ ਤਾਂ ਜਾਂਦਾ ਨੀ, ਬਿਲਕੁਲ ਹਨਾ, ਮਤਲਬ ਨਿਰਾਸ਼ ਹੋ ਕੇ ਜਦੋਂ ਸਾਰੇ ਜਿਹੜੇ ਰਸਤੇ ਬੰਦ ਹੋ ਜਾਂਦੇ ਆ ਉਦੋਂ ਕਚਹਿਰੀ ਦਾ ਦਰਬਾਰ ਜਿਹੜਾ ਆ ਉਹਦੇ ਵਿੱਚ ਜਾਂਦਾ ਆ ਤੇ ਓਬਵੀਅਸਲੀ ਕਿਤੇ ਨਾ ਕਿਤੇ ਉਹਨੂੰ ਆਸ ਹੁੰਦੀ ਆ ਕਿ ਜੇ ਮੇਰੀ ਹੋਰ ਕਿਤੇ ਨੀ ਸੁਣਵਾਈ ਹੋਈ ਤਾਂ ਇਸ ਨਿਆਂ ਦੇ ਮੰਦਰ ਜਿਹੜੀ ਆ ਇੱਕ ਨਾ ਇੱਕ ਦਿਨ ਜ਼ਰੂਰ ਹੋਏਗੀ। ਸੋ ਕੋਸ਼ਿਸ਼ ਇਹੀ ਰਹੇਗੀ ਸਾਡੇ ਜੀਪੀ ਸਰ ਹੁਣੀ ਇੱਕ ਨਾ ਪ੍ਰਣ ਜਿਹੜੇ ਸੀਗੇ ਸਹੁੰ ਚੁਕਾਉਂਦੇ ਹੁੰਦੇ ਸੀਗੇ ਜਦੋਂ ਕਲਾਸ ਸਟਾਰਟ ਕਰਨੀ ਕਿ ਤੁਸੀਂ ਜਿਹੜੇ ਵੀ ਗੁਰੂ ਨੂੰ ਮੰਨਦੇ ਹੋ ਨਾ ਉਹਨਾਂ ਦੀ ਸਹੁੰ ਚੱਕੋ ਕਿ ਅਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਆ ਕੇ ਪੂਰੀ ਇਮਾਨਦਾਰੀ ਨਾਲ ਜਿਹੜੀ ਆ ਉਹ ਸੇਵਾ ਨਿਭਾਉਣੀ ਆ ਤੇ ਬਸ ਉਹੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਰਹੇਗੀ ਕਿ ਪੂਰੀ ਇਮਾਨਦਾਰੀ ਨਾਲ ਉਸ ਜਿਹੜੀ ਕੁਰਸੀ ਦਾ ਜਿਹੜਾ ਇਸਤੇਮਾਲ ਕੀਤਾ ਜਾਏਗਾ। ਹੋਰ ਵੀ ਬਹੁਤ ਸਾਰੇ ਲੋਕ ਅਕਸਰ ਹੋਣਗੇ, ਹੁਣ ਮਿਲੇ ਵੀ ਹੋਣੇ ਆ, ਹੋਰ ਕੋਈ ਕੁੜੀਆਂ ਵੀ ਹੋਣਗੀਆਂ ਆ ਕੇ ਪੁੱਛਦੇ ਵੀ ਹੋਣਗੇ, ਚੰਡੀਗੜ੍ਹ 'ਚ ਵੀ ਸਮਾਂ ਤੁਸੀਂ ਉੱਥੇ ਬਿਤਾਇਆ ਵੈ, ਯੂਥ ਨੂੰ ਕਿਵੇਂ ਤਰੀਕੇ ਦੀ ਕੋਈ ਗਾਈਡੈਂਸ ਦਿੰਦੇ? ਪ੍ਰੋਫੈਸ਼ਨ ਕੋਈ ਵੀ ਹੋਵੇ, ਮਿਹਨਤ ਤਾਂ ਹਰੇਕ 'ਚ ਆਉਣੀ ਹੈ, ਐਜ਼ ਏ ਮੈਂਟੋਰ ਜੇ ਮੈਂ ਗੱਲ ਕਰਾਂ ਇੱਕ ਮੰਤਰ ਜਿਹੜਾ ਕੀ ਦੇਣਾ ਚਾਹੋਗੇ? ਸਰ ਮੈਨੂੰ ਨਾ ਕਹਾਣੀਆਂ ਸੁਣਨ ਦਾ ਬਹੁਤ ਸ਼ੌਂਕ ਸੀਗਾ ਦਾਦਾ ਜੀ ਹੁਣਾਂ ਤੋਂ, ਉਹਨਾਂ ਨੇ ਕਦੀ ਕੋਈ ਕਹਾਣੀ ਸੁਣਾਉਣੀ ਕਦੀ ਕੋਈ, ਏਦਾਂ ਹੀ ਇੱਕ ਦਿਨ ਕੋਈ ਕਹਾਣੀ ਸੁਣਾਈ ਤੇ ਉਸ ਕਹਾਣੀ ਦਾ ਜਿਹੜਾ ਮੋਰਲ ਸੀਗਾ ਉਹ ਇਹ ਸੀਗਾ ਕਿ ਸਾਨੂੰ ਨਾ ਸਮੇਂ ਦਾ ਜਿਹੜਾ ਆ ਉਹ ਬਹੁਤ ਸੋਚ ਸਮਝ ਕੇ ਉਪਯੋਗ ਕਰਨਾ ਚਾਹੀਦਾ ਆ ਕਿਉਂਕਿ ਸਮਾਂ ਬੜਾ ਬੜਮੁੱਲਾ ਆ ਤੇ ਮੈਂ ਉਦੋਂ ਦੀ ਉਸ ਚੀਜ਼ ਨੂੰ ਫੜ ਲਿਆ ਕਿ ਸਮਾਂ ਜਿਹੜਾ ਹੈ ਨਾ ਘੋਡੀਆਂ ਦੇ ਭਾਅ ਜਿਹੜਾ ਆ ਉਹ ਲੰਘਾਉਣ ਨਹੀਂ ਦੇਣਾ ਕਿ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਸਮੇਂ ਨੂੰ ਬਿਨਾਂ ਵੇਸਟ ਕੀਤਿਆਂ ਮਤਲਬ ਉਹਦਾ ਸਦ ਉਪਯੋਗ ਕਰਕੇ ਆਪਣੇ ਪੇਰੈਂਟਸ ਦਾ ਆਪਣੀ ਫੈਮਿਲੀ ਦਾ ਪੂਰੇ ਸਮਾਜ ਦਾ ਜਿਹੜਾ ਹੈ ਨਾਮ ਰੋਸ਼ਨ ਕਰਾਂ। ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਤੇ ਅੱਜ ਦਾ ਜਿਹੜਾ ਯੂਥ ਹੈ ਜਿਹੜਾ ਬੰਨਾ ਚਾਹ ਵੀ ਰਿਹਾ, ਬੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ, ਸਰਕਮਸਟੈਂਸਿਸ ਵੀ ਕਈਆਂ ਦੇ ਬਹੁਤ ਜਾਇਜ਼ ਹੁੰਦੇ ਨੇ, ਪਰ ਜਦੋਂ ਤੁਸੀਂ ਗੱਲ ਕਿਹਾ ਕਿ ਸਮੇਂ ਦੀ ਕਦਰ ਵੀ ਬਹੁਤ ਜ਼ਰੂਰੀ ਹੈ, ਪਲ ਪਲ ਦੀ ਹੈ, ਲੱਗਦਾ ਹੈ ਕਿ ਹਰੇਕ ਬੰਦਾ ਅਗਰ ਇਸ ਚੀਜ਼ ਨੂੰ ਮੰਨ ਲਵੇ ਤੇ ਮੌਜੂਦਾ ਸਮੇਂ 'ਚ ਖਾਸ ਕਰਕੇ ਮੈਂ ਵੀ ਜਾਣਨਾ ਚਾਹਾਂਗਾ ਤੁਸੀਂ ਆਪਦੀ ਨਜ਼ਰੀਏ ਨਾਲ ਕਿਵੇਂ ਵੇਖਦੇ ਹੋ ਕਿ ਯੂਥ ਜਾ ਕਿਹੜੇ ਪਾਸੇ ਰਿਹਾ, ਉਹਦੇ ਵਾਸਤੇ ਅੱਜ ਦੀ ਡੇਟ 'ਚ ਸਮੇਂ ਦੀ ਕਦਰ ਕੀ ਹੈ? ਸਰ ਅਗਰ ਯੂਥ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਧਿਆਨ ਜਿਹੜਾ ਆ ਉਹ ਪੜ੍ਹਾਈ ਤੋਂ ਹਟ ਕੇ ਜ਼ਿਆਦਾਤਰ ਜਿਹੜਾ ਇੱਧਰ ਉੱਧਰ ਦੀਆਂ ਚੀਜ਼ਾਂ ਵਾਲਾ ਜ਼ਿਆਦਾ ਹੋ ਰਿਹਾ ਆ। ਹੁਣ ਗੈਜਟਸ ਆ ਗਏ ਆ, ਜਦੋਂ ਅਸੀਂ ਕਾਲਜ ਟਾਈਮ ਹੁੰਦੇ ਸੀ ਉਦੋਂ ਤਾਂ ਸਾਡੇ ਕੋਲ ਮੋਬਾਈਲ ਵੀ ਨਹੀਂ ਹੁੰਦਾ ਸੀਗਾ ਤੇ ਸਾਨੂੰ ਜੇ ਘਰੋਂ ਵੀ ਕਾਲ ਆਉਣੀ ਸਾਨੂੰ ਪ੍ਰਿੰਸੀਪਲ ਸਰ ਦੇ ਫੋਨ ਤੇ ਆਉਂਦੀ ਹੁੰਦੀ ਸੀਗੀ ਕਿ ਕੋਈ ਐਮਰਜੈਂਸੀ ਹੈ ਜਾਂ ਘਰ ਜਾਣਾ ਪੈਣਾ ਆ, ਤੇ ਸਾਨੂੰ ਸੁਨੇਹੇ ਵੀ ਜਿਹੜੇ ਸੀਗੇ ਸਰ ਦੇ ਫੋਨ ਤੇ ਮਿਲਦੇ ਹੁੰਦੇ ਸੀਗੇ ਤੇ ਅਸੀਂ ਪੜ੍ਹ ਗਏ ਉਸ ਟਾਈਮ ਤੇ ਅਸੀਂ ਬਹੁਤ ਚੰਗਾ ਲੱਗਦਾ ਕਿ ਸ਼ੁਕਰ ਅਸੀਂ ਉਸ ਟਾਈਮ ਤੇ ਪੜ੍ਹ ਗਏ ਕਿਉਂਕਿ ਧਿਆਨ ਤੁਹਾਡਾ ਕਿਤੇ ਨਾ ਕਿਤੇ ਤਾਂ ਡਾਇਵਰਟ ਹੁੰਦਾ ਹੀ ਆ ਤੇ ਬਾਕੀ ਠੀਕ ਹੈ। ਜੇ ਪੰਜਾਬ ਦੀ ਪਰਟੀਕੂਲਰਲੀ ਗੱਲ ਕਰੀਏ ਤਾਂ ਅੱਜ ਦੀ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਜ਼ਿਆਦਾ ਪ੍ਰੈਫਰ ਕਰ ਰਹੀ ਆ ਕਿ ਪ੍ਰਦੇਸ਼ਾਂ 'ਚ ਜਾ ਕੇ ਜਿਹੜਾ ਆ ਪੈਸਾ ਕਮਾਈਏ ਤੇ ਮੈਨੂੰ ਵੀ ਆਪਸ਼ਨ ਸੀਗੇ ਕਾਫੀ ਜਾਣੇ ਕਹਿ ਵੀ ਰਹੇ ਸੀ ਕਿਉਂਕਿ ਅੱਜ ਕੱਲ੍ਹ ਦਾ ਇਹ ਦੌਰ ਆ ਕਿ ਆਇਲਸ ਕਰ ਲਓ ਤੇ ਬਾਹਰ ਚਲੇ ਜਾਓ ਕਿ ਕੁੜੀਆਂ ਦਾ ਜਿਹੜਾ ਖਰਚਾ ਆ ਉਹ ਮੁੰਡੇ ਵਾਲੇ ਦੇ ਦੇਣਗੇ ਤੇ ਤੁਸੀਂ ਆਇਲਸ ਕਰਕੇ ਆਪਣੇ ਪੇਰੈਂਟਸ ਦਾ ਜਿਹੜਾ ਭਾਰ ਆ ਉਹ ਹਲਕਾ ਕਰੋ। ਮੈਂ ਇਸ ਚੀਜ਼ 'ਚ ਕਦੀ ਗਈ ਨੀ, ਸਾਰਿਆਂ ਨੇ ਕਹਿਣਾ ਕਿ ਸੁਨਾਲੀ ਇੰਗਲਿਸ਼ ਅੱਛੀ ਹੈ ਆਇਲਸ ਹੋ ਜਾਣੀ ਅੱਛੇ ਬੈਂਡ ਆ ਜਾਣੇ ਆ ਤੂੰ ਬਾਹਰ ਚੱਲ। ਮੈਂ ਕਿਹਾ ਨਹੀਂ, ਮਗਰ ਮੈਨੂੰ ਪੈਸੇ ਦੀ ਦੌੜ ਜਿਹੜੀ ਸੀ ਉਹ ਸ਼ੁਰੂ ਤੋਂ ਹੀ ਨਹੀਂ ਸੀਗੀ ਕਿ ਮੈਂ ਤੋਂ ਵੱਧ ਤੋਂ ਵੱਧ ਪੈਸਾ ਹੋਵੇ, ਮੈਨੂੰ ਇੱਕ ਇੱਜ਼ਤ ਮਾਨ ਵਾਲਾ ਜਿਹੜਾ ਸੀਗਾ ਉਹ ਸਟੇਟਸ ਚਾਹੀਦਾ ਸੀਗਾ ਤੇ ਇਸ ਲਈ ਮੈਂ ਜੁਡੀਸ਼ਰੀ ਨੂੰ ਚੁਣਿਆ ਤੇ ਅੱਜ ਉਹ ਪਰਮਾਤਮਾ ਦੀ ਕਿਰਪਾ ਆ ਬਲੈਸਿੰਗਸ ਹੈ
ਕਿ ਉਹਨਾਂ ਦੇ ਬਲੇਸਿੰਗਸ ਨਾਲ ਇਹ ਜਿਹੜਾ ਆ ਸਿਰੇ ਚੜਿਆ ਕੰਮ। ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਮੁਬਾਰਕਾਂ। ਕਿਵੇਂ ਅੱਜ ਮਹਿਸੂਸ ਕਰ ਰਹੇ ਹੋ? ਧੀ ਨੇ ਨਾਂ ਰੋਸ਼ਨ ਕੀਤਾ। ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ, ਬਹੁਤ ਚਾਅ ਚੜਿਆ ਆ, ਇਕੱਲਾ ਮੈਨੂੰ ਨਹੀਂ ਮੇਰੇ ਪੂਰੇ ਕੌਲ ਪਰਿਵਾਰ ਨੂੰ, ਪੂਰਾ ਸਾਡਾ ਮਹੱਲਾ। ਅੱਜ ਇੱਕ ਮੈਂ ਕਹਾਂ ਵੀ ਕੌਲ ਪਰਿਵਾਰ ਨੂੰ ਨਹੀਂ, ਅੱਜ ਇਹ ਗੱਲ ਝੂਠਾ, ਸਾਰਾ ਸਾਡਾ ਮਹੱਲਾ, ਸਾਰਾ ਨਗਰ, ਇੱਥੇ ਤੱਕ ਵੀ ਆਲੇ ਦੁਆਲੇ ਪਿੰਡ ਵੀ ਬੜੇ ਖੁਸ਼ ਆ, ਸਾਰੇ ਆਉਂਦੇ ਆ ਭਲੇ ਦੇਣ, ਅਤੇ ਬੜਾ ਮੈਨੂੰ ਅੱਛਾ ਲੱਗਦਾ। ਲੰਬਾ ਸਫ਼ਰ ਰਿਹਾ ਵੈ, ਘਾਲਣਾ ਬਹੁਤ ਘਾਲੀ ਹੈ। ਹਾਂਜੀ, ਇਹ ਤਾਂ ਹੈ, ਸਵਾ ਜਿਹੜੇ ਸਾਡੇ ਵਰਗੇ ਗਰੀਬ ਲੋਕ ਆ ਉਹਨਾਂ ਲਈ ਤਾਂ ਜਿੱਦਾਂ ਉਹ 365 ਦਿਨ ਨਹੀਂ ਹੁੰਦੇ, ਉਹ ਤਾਂ 365 ਸਾਲਾਂ ਬਰਾਬਰ ਹੀ ਹੁੰਦਾ ਇੱਕ ਦਿਨ, ਅਤੇ ਬੜਾ ਔਖਾ ਸੀਗਾ, ਬੜਾ ਲੰਬਾ ਸਮਾਂ, ਮਤਲਬ ਕਿ ਇੱਕ ਇੱਕ ਦਿਨ ਜਿਹੜਾ ਇੱਕ ਸਾਲ ਉਹ ਇੱਕ ਸਾਲ ਲੱਗਦਾ ਗਰੀਬ ਨੂੰ। ਬਾਕੀ ਸਾਡੇ ਡਾਕਟਰ ਸਾਹਿਬ, ਬਾਬਾ ਸਾਹਿਬ ਅੰਬੇਦਕਰ ਜੀ, ਉਹਨਾਂ ਨੇ ਬੜੀ ਘਾਲਣਾ ਕੀਤੀਆਂ, ਜਿਹਨਾਂ ਨੇ ਸੜਕ ਕੇ ਅਸੀਂ ਜਾਣੀ ਕਿ ਇਹ ਸੋਚ ਸਕਦੇ ਆ ਵੀ ਕੁਛ ਬਣਨਾ ਚਾਹੀਦਾ ਆ। ਪੜ੍ਹਾਈ ਦੀ ਜਿਹੜੀ ਅਹਿਮੀਅਤ ਹੈ ਉਹ ਇਸ ਪਰਿਵਾਰ ਤੋਂ ਪਤਾ ਲੱਗ ਰਹੀ ਹੈ ਕਿ ਤੁਹਾਡਾ ਵੀ ਬਹੁਤ ਇਸ 'ਚ ਯੋਗਦਾਨ ਅਤੇ ਜ਼ੋਰ ਹੈ। ਕਿਵੇਂ ਸ਼ੁਰੂ ਤੋਂ ਹੀ ਸੋਚਿਆ ਸੀਗਾ ਕਿ ਜੇ ਹੋਰ ਪੱਖੋਂ ਸਮਰਥ ਨਹੀਂ ਹੈਗੇ ਤਾਂ ਪੜ੍ਹਾਈ ਇੱਕ ਇਹੋ ਚੀਜ਼ ਹੈ, ਬਾਬਾ ਸਾਹਿਬ ਦਾ ਵੀ ਇਹੀ ਉਪਦੇਸ਼ ਹੈ ਜਿਹੜਾ? ਦੇਖੋ ਜੀ, ਜਿਹੜੀ ਆਪਾਂ ਕੋਈ ਵੀ ਮਾਪਾ ਜਿਹੜਾ ਹੈਗਾ ਆ, ਉਹ ਤਾਂ ਜਦੋਂ ਬੱਚਾ ਇੱਕ ਪੈਦਾ ਹੀ ਹੁੰਦਾ ਆ ਉਦੋਂ ਹੀ ਉਹ ਸੋਚਣਾ ਪੈਂਦਾ ਮੇਰਾ ਪੁੱਤ ਜੱਜ ਬਣੇ ਜਾਂ ਮੇਰੀ ਬੇਟੀ ਜੱਜ ਬਣੇ, ਜਾਂ ਆਮ ਲੋਕ ਹੁੰਦੇ ਆ ਮਾਂ ਦਾ ਡੈਪਟੀ ਜਾਂ ਮਾਂ ਦਾ DC। ਇਹ 3-4 ਸ਼ਬਦ ਜਿਹੜੇ ਆ ਬਹੁਤ ਜ਼ਰੂਰੀ ਆ, ਹਰ ਮਾਪਾ ਜਿਹੜਾ ਚਾਹੁੰਦਾ ਆ, ਪਰ ਉੱਥੇ ਤੱਕ ਪਹੁੰਚਣ ਲਈ ਉਹਦਾ ਮਾਹੌਲ ਵੀ ਚਾਹੀਦਾ ਆ, ਪੈਸੇ ਵੱਲੋਂ ਵੀ ਚਾਹੀਦਾ ਆ, ਘਰ ਦਾ ਮਾਹੌਲ ਵੀ ਚਾਹੀਦਾ ਆ, ਕੁਛ ਜਾਗਰਤੀ ਵੀ ਹੋਣੀ ਚਾਹੀਦੀ ਆ। ਸਾਡੇ ਕੋਲ ਜਾਗਰਤੀ ਵੀ ਸੀਗੀ, ਮਾਹੌਲ ਵੀ ਸੀਗਾ, ਪਰ ਜਿਹੜੀ ਉਹ ਤੀਜੀ ਨਾਲ ਰਲ ਜਾਂਦੀ ਆ ਉਹ ਪੈਸੇ ਪੁਸੇ ਵਾਲੀ ਗੱਲ, ਉਹ ਨਹੀਂ ਸੀ। ਅਤੇ ਇਸ ਕਰਕੇ ਸਾਨੂੰ ਬੱਚੇ ਸਾਡੇ ਜਿਹੜੇ ਅਸੀਂ ਵੀ ਚਲੋ ਸਕੂਲ ਵੀ ਚਲਾਇਆ ਸੀ, ਬੜੇ ਕੁਆਲੀਫਾਈਡ ਟੀਚਰ ਰੱਖੇ ਸੀਗੇ, ਅਤੇ ਸਾਡਾ ਇੱਕ ਸੁਪਨਾ ਹੁੰਦਾ ਸੀ ਵੀ ਜਿੱਦਾਂ ਸ਼ਾਇਦ ਸਾਨੂੰ ਨਹੀਂ ਮੌਕਾ ਮਿਲਿਆ ਪੜ੍ਹਨ ਦਾ, ਪਰ ਜਿਹੜੇ ਲੋਕ ਪੜ੍ਹ ਸਕਦੇ ਆ ਗਰੀਬ ਸਾਡੇ ਜਿਹੜੇ ਆ ਉਹਨਾਂ ਨੂੰ ਮੌਕਾ ਮਿਲੇ, ਅਤੇ ਅੱਜ ਸਾਡੇ ਜਿਹੜੇ ਬੱਚੇ ਸਾਡੇ ਕੋਲ ਪੜ੍ਹ ਕੇ ਗਏ ਆ ਉਹਨਾਂ ਦੇ ਮਾਪੇ ਆ ਕਹਿੰਦੇ ਯਾਰ ਤੂੰ ਸਕੂਲ ਬੰਦ ਕਰਤਾ, ਹੁਣ ਉਹਨਾਂ ਦੇ ਬੱਚੇ ਕਿੱਥੋਂ ਪੜ੍ਹਾਈਏ? ਬੱਚਿਆਂ ਦੇ ਬੱਚੇ ਜਿਹੜੇ ਪੜ੍ਹ ਕੇ ਗਏ ਹੁਣ ਉਹਨਾਂ ਦੇ ਬੱਚੇ ਜਿਹੜੇ ਆ ਵੀ ਤੁਸੀਂ ਸਕੂਲ ਦੁਆਰਾ ਖੋਲੋ, ਉਹ ਵੀ ਅਸੀਂ ਤੁਹਾਡੇ ਕੋਲ ਹੀ ਪੜ੍ਹਾਉਣੇ ਆ, ਤੁਹਾਡੇ ਕੋਲ। ਅਸੀਂ ਮਿਹਨਤ ਕਰਦੇ ਸੀ ਬੱਚਿਆਂ ਲਈ, ਤੇ ਉਹਦੇ ਵਿੱਚ ਸਾਡੇ ਜਿਹੜੇ ਬੱਚੇ ਸੀਗੇ ਉਹ ਜਿੱਦਾਂ ਉਹ ਕਹਿੰਦੇ ਉਹ ਵੀ ਰੱਬਾ ਸਭ ਦਾ ਭਲਾ ਕਰੀ, ਅਸੀਂ ਬੱਚੇ ਆ ਗਏ ਉਹਦੇ, ਜੇ ਅਸੀਂ ਬੱਚਿਆਂ ਨੂੰ ਵਿੱਦਿਆ ਨੂੰ ਦੇਣ ਦਾ ਉਪਰਾਲਾ ਕੀਤਾ ਸੀ ਤਾਂ ਸਾਡੇ ਬੱਚੇ ਵੀ ਸਾਡੇ ਪੜ੍ਹ ਗਏ, ਇਹ ਬੜਾ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਅੱਜ ਉਹ ਮਾਂ ਕਿਸ ਤਰੀਕੇ ਦੇ ਨਾਲ ਖੁਸ਼ੀ ਜ਼ਾਹਿਰ ਕਰ ਰਹੀ ਹੈ ਕਿ ਜਿਹਦੀ ਵੀ ਤਪੱਸਿਆ ਅੱਜ ਰੰਗ ਲੈ ਕੇ ਆਈ ਹੈ? ਸਰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ, ਜਿਹੜੇ ਨਹੀਂ ਸੀ ਆਉਂਦੇ ਉਹ ਵੀ ਸਾਡੇ ਘਰ ਆ ਰਹੇ ਆ, ਖੁਸ਼ੀ ਦਾ ਮਾਹੌਲ ਬਣ ਚੁੱਕਾ ਹੈ। ਉਦਣ ਦਾ ਜਿੱਦਣ ਦਾ ਰਿਜ਼ਲਟ ਆਇਆ ਨਾ ਉਦਣ ਖੁਸ਼ੀ ਬਹੁਤ ਹੋ ਰਹੀ ਹੈ। ਲੱਗਦਾ ਹੈ ਕਿ ਜੋ ਪੁਰਾਣੇ ਸਮੇਂ 'ਚ ਰਹਿ ਗਿਆ ਸੀਗਾ ਅੱਜ ਉਹ ਸਭ ਪੂਰਾ ਹੋ ਗਿਆ। ਹਾਂਜੀ, ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਇੱਕ ਮਾਪਿਓ ਦੀ ਵੀ ਤਪੱਸਿਆ ਜਿਹੜੀ ਹੈ ਬਰਾਬਰ ਹੀ ਉਨੀ ਹੁੰਦੀ, ਬੱਚਿਆਂ ਨੇ ਤਾਂ ਕੀਤੀ ਹੈ, ਮਾਪਿਓ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਜੋ ਇਸ ਖੁਸ਼ੀ ਦੇ ਪਲ ਦੇ ਵਿੱਚ ਜੋ ਧੀ ਰਾਣੀ ਨੇ ਨਾਂ ਰੋਸ਼ਨ ਕੀਤਾ? ਹਰ ਮਾਂ ਬਾਪ ਦਾ ਫਰਜ਼ ਬਣਦਾ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਬਹੁਤ ਅਸੀਂ ਉਮੀਦ ਰੱਖੀ ਸੀ ਇਸ ਬੱਚੀ ਵਾਸਤੇ, ਜਿੱਦਾਂ ਰਾਤ ਨੂੰ ਅਸੀਂ ਜਾਗ ਜਾ ਕੇ ਰਾਤ ਕੱਟਦੇ ਸੀਗੇ, ਜਦੋਂ ਅਸੀਂ ਕਿਹਾ ਵੀ ਇਕੱਲੀ ਬੈਠੀ ਅਸੀਂ ਇਹਦੇ ਨਾਲ ਜਾਗਦੇ ਹੁੰਦੇ ਸੀ ਦੋਨੇ ਜਾਣੇ। ਇਹੀ ਤਪੱਸਿਆ? ਹਾਂਜੀ। ਕੀ ਸੁਨੇਹਾ ਦਿੰਦੇ ਹੋ ਕਿ ਜੋ ਅੱਜ ਦਾ ਸਮਾਜ ਹੈ, ਜੋ ਅੱਜ ਦੇ ਬੱਚਿਆਂ ਦੀ ਚਾਹੇ ਉਹ ਪਰਵਰਿਸ਼ ਹੈ ਇਸ ਤਰੀਕੇ ਦੀ ਹੈ, ਕਿਹੜੀ ਚੀਜ਼ 'ਤੇ ਮਾਂ ਪਿਓ ਧਿਆਨ ਦੇਣ ਤਾਂ ਕਿ ਬੱਚਿਆਂ ਦਾ ਜਿਹੜਾ ਭਵਿੱਖ ਹੈ ਸਵਾਰਿਆ ਜਾ ਸਕੇ?
ਮਾਂ ਪਿਓ ਦਾ ਫਰਜ਼ ਬਣਦਾ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਜ਼ਿਆਦਾ ਕਰਨ। ਹਾਂਜੀ, ਕਿਉਂਕਿ ਸਭ ਤੋਂ ਪਹਿਲੇ ਟੀਚਰ ਤਾਂ ਮਾਂ ਪਿਓ ਹੀ ਨੇ ਬੱਚਿਆਂ ਦੇ ਸਕੂਲਾਂ ਨਾਲ ਪਹਿਲਾਂ। ਸਰ ਸਕੂਲ ਖੋਲਿਆ ਸੀ ਇੱਥੇ, ਅਸੀਂ ਆਈਦਾ ਸੀਗਾ ਬੱਚਿਆਂ ਨੂੰ, ਕਾਫੀ ਇਹੋ ਸੰਕੇਤ ਦੇਈਦਾ ਸੀ ਵੀ ਪੜ੍ਹੋ, ਟੀਚਰ ਵੀ ਬੜੇ ਕੁਆਲੀਫਾਈਡ ਰੱਖੇ ਸੀਗੇ। ਕੁਛ ਇਹੋ ਜਿਹਾ ਪਲ ਯਾਦ ਆਉਂਦਾ ਕਿ ਜਦੋਂ ਪੁਰਾਣੀ ਇੱਕ ਜਰਨੀ ਸੀਗੀ, ਇੱਕ ਸਫ਼ਰ ਰਿਹਾ, ਤੇ ਅੱਜ ਦੇ ਇਸ ਦਿਨ ਦੇ ਵਿੱਚ ਜੋ ਭੁਲਾਇਆ ਨਹੀਂ ਭੁੱਲਦਾ। ਹਾਂਜੀ ਸਰ, ਉਹ ਤਾਂ ਪਹਿਲਾਂ ਬਿਲਕੁਲ ਠੀਕ। ਹਾਂਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡੇ ਪਰਿਵਾਰ। ਧੰਨਵਾਦ। ਗੱਲਬਾਤ ਤੁਸੀਂ ਸੁਣੀ ਹੈ ਕਿ ਸੋਨਾਲੀ ਦਾ ਸਫ਼ਰ ਕਿਸ ਤਰੀਕੇ ਦੇ ਨਾਲ ਸ਼ੁਰੂ ਹੋਇਆ, ਟੀਚਾ ਕੀ ਹੈ, ਤੇ ਖਾਸ ਕਰਕੇ ਇੱਕ ਬਹੁਤ ਹੀ ਸਿਆਣੀ ਤੇ ਸੁਲਝੀ ਹੋਈ ਗੱਲ ਕੀਤੀ ਹੈ ਸੋਨਾਲੀ ਨੇ ਕਿ ਸਮੇਂ ਦਾ ਜਿਹੜਾ ਉਪਯੋਗ ਹੈ ਬਹੁਤ ਜ਼ਰੂਰੀ ਹੈ, ਪਲ ਪਲ ਬਹੁਤ ਕੀਮਤੀ ਹੈ। ਇਹ ਕਹਾਣੀ ਜਿਹੜੀ ਹੈ ਇਸ ਪਰਿਵਾਰ ਦੀ, ਜਿਹੜੀ ਇਹ ਖਬਰ ਹੈ, ਕੌਲ ਪਰਿਵਾਰ ਦਾ ਮੈਂ ਸ਼ੁਰੂਆਤ ਵਿੱਚ ਕਿਹਾ ਸੀ, ਇਹ ਗੁਲਦਸਤਾ ਜਿਹੜਾ ਮੇਰੇ ਨਾਲ ਬੈਠਾ ਹੋਇਆ ਵੈ, ਕਿਸ ਤਰੀਕੇ ਦੇ ਨਾਲ ਔਂਕੜਾਂ ਸਾਰੀਆਂ ਪਾਰ ਕੀਤੀਆਂ ਨੇ, ਤੇ ਅੱਜ ਮਾਂ ਪਿਓ ਨੂੰ ਕਿ ਚਾਹੇ ਉਹ ਰਿਸ਼ਤੇਦਾਰ ਹੋਣ, ਜਦੋਂ ਦਾ ਪਤਾ ਲੱਗਿਆ ਕਿ ਕੁੜੀ ਹੁਣ ਘਰ ਦੀ ਜੱਜ ਬਣ ਗਈ ਹੈ, ਰਿਸ਼ਤੇਦਾਰ ਆ ਰਹੇ ਨੇ, ਵਧਾਈਆਂ ਦੇ ਰਹੇ ਨੇ, ਤੇ ਨਾਲ ਹੀ ਉਸ ਮਾਂ ਪਿਓ ਨੂੰ ਵੀ ਸਜਦਾ ਕਰ ਰਹੇ ਨੇ ਜਿਨ੍ਹਾਂ ਦੀ ਕੜੀ ਤਪੱਸਿਆ ਕਰਕੇ ਅੱਜ ਇਸ ਪਰਿਵਾਰ ਦੀਆਂ ਜਿਹੜੀਆਂ ਧੀਆਂ, ਸਾਰੀਆਂ ਦਾ ਹੀ ਮੈਂ ਕਹਾਂਗਾ ਕਿਉਂਕਿ ਇੱਕ ਦੂਸਰੇ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਅੱਜ ਇਸ ਪਰਿਵਾਰ ਨੂੰ ਇੰਨੀਆਂ ਖੁਸ਼ੀਆਂ ਮਿਲੀਆਂ ਨੇ। ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰਮਿਤ ਸਿੰਘ, PTC ਨਿਊਜ਼, ਜਲੰਧਰ।